ਬੇਟੀ ਨੇ ਫਿਰ ਸਾਨੂੰ ਕਿਹਾ ਵੀ ਨਹੀਂ, ਉੱਥੇ ਨਿਊਜ਼ੀਲੈਂਡ ਸਰਕਾਰ ਨੇ ਤੁਹਾਡਾ ਬੇਟਾ ਰੱਖ ਲਿਆ ਹੈ, ਹੁਣ ਅਸੀਂ ਇਹਨੂੰ ਵਾਪਸ ਨਹੀਂ ਭੇਜਣਾ। ਮੈਂ ਸਭ ਤੋਂ ਜ਼ਿਆਦਾ ਡੈਡ ਕਰਕੇ ਆ ਕੇ ਕੀਤਾ ਇਸ ਚੀਜ਼ ਨੂੰ ਕਿ ਡੈਡ ਖੁਸ਼ ਹੋ ਸਕਣ। ਬੇਟੀ ਮੇਰੀ ਬਾਹਰ ਨਿਊਜ਼ੀਲੈਂਡ ਦੇ ਵਿੱਚ ਹੈ ਅਤੇ ਉਹਨੇ ਉਹਨੂੰ ਇਨਵਾਈਟਸ ਆਪਣੇ ਵਿਜ਼ਿਟ ਕਰਨ ਲਈ ਸੱਦਿਆ ਸੀਗਾ, ਤਾਂ ਉੱਥੇ ਦੇ ਜਿਹੜੇ ਜੇਲ੍ਹ ਅਧਿਕਾਰੀ ਸੀ ਉਹਨੇ ਮੇਰੇ ਬੇਟੇ ਦੀ ਪਰਸਨੈਲਿਟੀ ਔਰ ਫਿਟਨੈਸ ਬੜੀ ਅੱਛੀ ਲੱਗੀ ਅਤੇ ਉਹਨਾਂ ਨੇ ਕਿਹਾ ਵੀ ਤੁਸੀਂ ਸਾਡੀ ਪੁਲਿਸ ਜੁਆਇਨ ਕਰੋ। ਸਾਨੂੰ ਤਾਂ ਹੋਣੀ ਸੀ ਕੁਝ, ਪੂਰੇ ਇਲਾਕੇ ਨੂੰ ਉਹਦੇ 'ਤੇ ਮਾਣ ਅਤੇ ਬੜੀ ਖੁਸ਼ੀ ਪ੍ਰਸੰਨਤਾ ਹੋਈ। ਉਸ ਟਾਈਮ ਤਾਂ ਸਾਨੂੰ ਮਤਲਬ ਯਕੀਨ ਵੀ ਨਹੀਂ ਹੋਇਆ ਵੀ ਇਹ ਗੱਲ ਇੱਦਾਂ ਹੈ, ਪਰ ਮੇਰਾ ਬੇਟਾ ਫਿਟਨੈਸ ਲਈ ਵੀ ਬਹੁਤ ਵਧੀਆ ਸੀ, ਸਾਡੇ ਤਾਂ ਹੈ ਹੀ ਨਹੀਂ ਸੀ, ਅਸੀਂ ਤਾਂ ਵੇਟ ਕਰਦੇ ਸੀਗੇ, ਨਿਊਜ਼ੀਲੈਂਡ ਸਰਕਾਰ ਨੇ ਜੀ ਉਹਦਾ ਮੁੱਲ ਪਾਇਆ, ਲੈ ਹੀ ਗਏ ਬੇਟਾ, ਇਹੀ ਕਹਿ ਸਕਦੇ ਹੁਣ ਆਪਾਂ। ਕਾਲਜ ਵੱਲੋਂ ਵੀ ਉਹਨੂੰ ਮਿਸਟਰ ਪਰਫੈਕਟ ਦਾ ਖਿਤਾਬ ਦਿੱਤਾ ਗਿਆ ਸੀਗਾ। ਖੁਸ਼ੀ ਨਾਲ ਫੁੱਲੀ ਨਾ ਸਮਾ ਰਹੀ ਇਹੋ ਮਾਇਆ ਜਿਹਦਾ ਪੁੱਤ ਨਿਊਜ਼ੀਲੈਂਡ ਦੇ ਵਿੱਚ ਵੱਡਾ ਅਫਸਰ ਰੱਖਿਆ, ਜੋ ਕਿ ਵਿਜ਼ਟਰ ਵੀਜ਼ੇ ਤੇ ਮਹਿਜ਼ ਆਪਣੀ ਭੈਣ ਨੂੰ ਮਿਲਣ ਦੇ ਲਈ ਗਿਆ ਸੀ, ਪਰ ਉੱਥੇ ਅਧਿਕਾਰੀ ਇਸ ਨੌਜਵਾਨ ਦੀ ਫਿਟਨੈਸ ਨੂੰ ਦੇਖ ਕੇ ਇਸ ਕਦਰ ਮੁਰੀਦ ਹੋ ਗਏ ਕਿ ਉਹਨਾਂ ਨੇ ਉੱਥੇ ਹੀ ਉਸਨੂੰ ਅਫਸਰ ਲਗਾ ਲਿਆ। ਦਰਅਸਲ ਸਤਿਅਮ ਗੌਤਮ, ਜਿਸ ਦੀ ਭੈਣ ਨਿਊਜ਼ੀਲੈਂਡ ਦੇ ਵਿੱਚ ਵਿਆਹੀ ਹੋਈ ਹੈ, ਉਹ ਆਪਣੀ ਭੈਣ ਨੂੰ ਵਿਜ਼ਟਰ ਵੀਜ਼ੇ ਤੇ ਮਿਲਣ ਜਾਂਦਾ ਹੈ। ਸਤਿਅਮ ਦਾ ਜੀਜਾ ਨਿਊਜ਼ੀਲੈਂਡ ਜੇਲ੍ਹ ਦੇ ਵਿੱਚ ਅਧਿਕਾਰੀ ਹੈ। ਜਦੋਂ ਆਪਣੇ ਜੀਜੇ ਨੂੰ ਜੇਲ੍ਹ ਦੇ ਵਿੱਚ ਮਿਲਣ ਗਿਆ ਤਾਂ ਉੱਥੇ ਅਧਿਕਾਰੀ ਇਸ ਨੌਜਵਾਨ ਦੀ ਫਿਟਨੈਸ ਨੂੰ ਦੇਖ ਕੇ ਉਸਦੇ ਮੁਰੀਦ ਹੋ ਗਏ। ਇੰਨੇ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਇਹ ਤੱਕ ਕਹਿ ਦਿੱਤਾ ਕਿ ਸਾਨੂੰ ਅਜਿਹੇ ਤੰਦਰੁਸਤ ਨੌਜਵਾਨਾਂ ਦੀ ਲੋੜ ਹੈ ਤੇ ਤੁਸੀਂ ਵੀ ਇੱਕ ਵਾਰ ਅਪਲਾਈ ਜ਼ਰੂਰ ਕਰੋ। ਨੌਜਵਾਨ ਨੇ ਅਪਲਾਈ ਕੀਤਾ, ਪੇਪਰ ਦਿੱਤਾ ਤੇ ਉਸਦੀ ਸਿਲੈਕਸ਼ਨ ਵੀ ਹੋ ਗਈ। ਸਤਿਅਮ ਗੌਤਮ ਦੀ ਮੈਡੀਕਲ ਰਿਪੋਰਟ ਦੇ ਨਤੀਜੇ ਦੇਖ ਕੇ ਅਧਿਕਾਰੀ ਵੀ ਹੈਰਾਨ ਰਹਿ ਗਏ, ਜੋ ਕਿ ਸ਼ਾਕਾਹਾਰੀ ਅਲਕੋਹਲ ਮੁਕਤ ਸਰੀਰ ਨਿਕਲਿਆ। ਸਤਿਅਮ ਨੂੰ 5 ਸਾਲ ਦਾ ਵਰਕ ਪਰਮਿਟ ਵੀਜ਼ਾ, ਕਰੈਕਸ਼ਨ ਅਧਿਕਾਰੀ ਦੇ ਵਜੋਂ ਨਿਯੁਕਤੀ ਤੇ ਗ੍ਰੈਜੂਏਟ ਦੀ ਡਿਗਰੀ ਮਿਲ ਗਈ ਹੈ। ਇਹ ਸਭ ਜਾਣ ਕੇ ਮਾਪਿਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਮਾਪਿਆਂ ਦੇ ਵੱਲੋਂ ਤੁਰੰਤ ਹੀ ਆਪਣੇ ਪੁੱਤ ਨੂੰ ਵੀਡੀਓ ਕਾਲ ਤੇ ਵਧਾਈ ਵੀ ਦਿੱਤੀ ਗਈ ਤੇ ਫਿਰ ਪੁੱਤ ਨੇ ਵੀ ਦੱਸਿਆ ਕਿ ਆਖਿਰ ਉਸਦੇ ਨਾਲ ਇਹ ਸਭ ਕਿਵੇਂ ਹੋਇਆ, ਕਿਵੇਂ ਉਸਨੂੰ ਉੱਥੇ ਵਿਜ਼ਟਰ ਵੀਜ਼ੇ ਤੇ ਜਾ ਕੇ ਇੱਕ ਵੱਡੀ ਨੌਕਰੀ ਮਿਲ ਗਈ ਤੇ ਹੁਣ ਉਹ ਨਿਊਜ਼ੀਲੈਂਡ ਜੇਲ੍ਹ ਦੇ ਵਿੱਚ ਕਰੈਕਸ਼ਨ ਅਫਸਰ ਲੱਗਾ ਹੋਇਆ ਹੈ। ਦੱਸ ਦੇ ਕੇ ਗੜਸ਼ੰਕਰ ਦੇ ਕਸਬਾ ਸੈਲਾ ਖੁਰਦ ਦਾ ਰਹਿਣ ਵਾਲਾ ਹੈ ਸਤਿਅਮ ਗੌਤਮ, ਜੋ ਕਿ ਵਿਜ਼ਟਰ ਵੀਜ਼ੇ ਤੇ ਆਪਣੀ ਭੈਣ ਨੂੰ ਮਿਲਣ ਦੇ ਲਈ ਨਿਊਜ਼ੀਲੈਂਡ ਗਿਆ ਤੇ ਉੱਥੇ ਹੀ ਅਧਿਕਾਰੀਆਂ ਨੇ ਉਸਨੂੰ ਕਰੈਕਸ਼ਨ ਅਫਸਰ ਲਾ ਲਿਆ। ਇਹ ਪਹਿਲੀ ਵਾਰ ਹੋਇਆ ਕਿ ਕੋਈ ਵਿਜ਼ਟਰ ਵੀਜ਼ੇ ਤੇ ਗਿਆ ਹੋਵੇ ਤੇ ਉਸਨੂੰ ਇਸ ਤਰ੍ਹਾਂ ਦੇ ਨਾਲ ਇੱਕ ਵੱਡੇ ਅਧਿਕਾਰੀ ਦੀ ਨੌਕਰੀ ਮਿਲੀ ਹੋਵੇ। ਮਾਪਿਆਂ ਨੇ ਦੱਸਿਆ ਕਿ ਸਤਿਅਮ ਨੂੰ ਜਿਮ ਕਰਨ ਦਾ ਬਹੁਤ ਸ਼ੌਂਕ ਸੀ ਤੇ ਉਹ ਆਪਣੀ ਹਰਬਲ ਲਾਈਫ ਡਾਇਟੀਸ਼ਨ ਦਾ ਕੋਰਸ ਵੀ ਕਰਦਾ ਸੀ। ਸਤਿਅਮ ਨੂੰ ਕਾਲਜ ਦੇ ਵਿੱਚ ਵੀ ਮਿਸਟਰ ਪਰਫੈਕਟ ਦਾ ਖਿਤਾਬ ਮਿਲ ਚੁੱਕਿਆ ਹੈ ਤੇ ਹੁਣ ਜਦੋਂ ਉਹ ਭੈਣ ਨੂੰ ਮਿਲਣ ਦੇ ਲਈ ਨਿਊਜ਼ੀਲੈਂਡ ਗਿਆ ਤਾਂ ਉੱਥੇ ਵੀ ਉਸਦੀ ਇਸ ਬਾਡੀ ਤੋਂ ਤੇ ਫਿਟਨੈਸ ਤੋਂ ਅਧਿਕਾਰੀ ਇਸ ਕਦਰ ਪ੍ਰਭਾਵਿਤ ਹੋਏ ਕਿ ਉਸਨੂੰ ਆਪਣੀ ਹੀ ਜੇਲ੍ਹ ਦੇ ਵਿੱਚ ਅਧਿਕਾਰੀ ਨਿਯੁਕਤ ਕਰ ਲਿਆ। ਇਦਾਂ ਜੀ, ਮੇਰਾ ਜਿਹੜਾ ਬੇਟਾ ਸੀ ਕਾਫੀ ਇੰਟੈਲੀਜੈਂਟ ਸੀਗਾ
ਇੱਥੇ ਕੋਲਜ ਵੱਲੋਂ ਵੀ ਉਹਨੂੰ ਮਿਸਟਰ ਪਰਫੈਕਟ ਦਾ ਖਿਤਾਬ ਦਿੱਤਾ ਗਿਆ ਸੀਗਾ। ਬੇਟੀ ਮੇਰੀ ਬਾਹਰ ਨਿਊਜ਼ੀਲੈਂਡ ਦੇ ਵਿੱਚ ਹੈ ਅਤੇ ਉਹਨੇ ਉਹਨੂੰ ਇਨਵਾਈਟਸ ਆਪਣੇ ਵਿਜ਼ਿਟ ਕਰਨ ਲਈ ਸੱਦਿਆ ਸੀਗਾ। ਉੱਥੇ ਮੇਰਾ ਜਵਾਈ ਜੇਲਰ ਹੈ, ਇੱਕ ਦਿਨ ਉਹ ਜੇਲ੍ਹ ਦਿਖਾਲਣ ਲਈ ਉਹਨੂੰ ਲੈ ਕੇ ਗਿਆ ਤਾਂ ਉੱਥੇ ਦੇ ਜਿਹੜੇ ਜੇਲ੍ਹ ਅਧਿਕਾਰੀ ਸੀ ਉਹਨੇ ਮੇਰੇ ਬੇਟੇ ਦੀ ਪਰਸਨੈਲਿਟੀ ਔਰ ਫਿਟਨੈਸ ਬੜੀ ਅੱਛੀ ਲੱਗੀ ਅਤੇ ਉਹਨਾਂ ਨੇ ਕਿਹਾ ਵੀ ਤੁਸੀਂ ਸਾਡੀ ਪੁਲਿਸ ਜੁਆਇਨ ਕਰੋ। ਉਹਨੇ ਕਿਹਾ ਵੀ ਮੈਂ ਤਾਂ ਪਿੱਛੇ ਬਿਜ਼ਨਸ ਕਰਦਾ, ਫਿਰ ਮੇਰੇ ਕੋਲ ਵੀਜ਼ਾ ਵੀ ਹੈ ਨਹੀਂ। ਉਹਨਾਂ ਨੇ ਕਿਹਾ ਵੀ ਤੁਸੀਂ ਆਪਣਾ ਟੈਸਟ ਦਿਓ ਨੌਕਰੀ ਦੇ ਲਈ, ਜੇ ਕਲੀਅਰ ਕਰ ਜਾਂਗੇ ਤਾਂ ਵਰਕ ਪਰਮਿਟ ਅਸੀਂ ਦੇ ਦਾਂਗੇ ਤੁਹਾਨੂੰ। ਤਾਂ ਮੇਰੇ ਬੇਟੇ ਨੇ ਜਿਹੜੀ ਜਾ ਉੱਥੇ ਦੀ ਰਿਟਰਨ ਔਰ ਫਿਜ਼ੀਕਲ ਸਾਰੇ ਟੈਸਟ ਪਾਸ ਕੀਤੇ ਅਤੇ ਜਿਹੜਾ ਵੈਜੀਟੇਰੀਅਨ ਮੇਰਾ ਬੇਟਾ ਸੀ ਅਤੇ ਉਹਦੀ ਜਿਹੜੀ ਮੈਡੀਕਲ ਰਿਪੋਰਟ ਆ ਉਹਦੇ ਵਿੱਚ ਵੈਜੀਟੇਰੀਅਨ ਔਰ ਅਲਕੋਹਲ ਫਰੀ ਬੋਡੀ ਦੇ ਜਦੋਂ ਨਤੀਜੇ ਹੋਏ ਤਾਂ ਉਹਨਾਂ ਨੇ ਕਾਫੀ ਪ੍ਰਭਾਵਿਤ ਹੋ ਕੇ ਉਹਨੂੰ 5 ਸਾਲ ਦਾ ਵਰਕ ਦੇ ਦਿੱਤਾ ਅਤੇ ਹੁਣ 26 ਅਪ੍ਰੈਲ ਨੂੰ ਉਹਦੀ ਗ੍ਰੈਜੂਏਸ਼ਨ ਡਿਗਰੀ ਦੇ ਨਾਲ ਡਿਪਾਰਟਮੈਂਟ ਦੀ ਨੌਕਰੀ ਉਹਨਾਂ ਨੇ ਪੁਲਿਸ ਦੇ ਵਿੱਚ ਉਹਨੂੰ ਪੱਕੇ ਤੌਰ 'ਤੇ ਦਿੱਤੀ। ਕਿਉਂਕਿ ਮੈਨੂੰ ਤਾਂ ਯਕੀਨ ਨਹੀਂ ਸੀਗਾ, ਕਿਉਂਕਿ ਮੈਂ ਤਾਂ ਇਹ ਚਾਹੁੰਦਾ ਨਹੀਂ ਸੀ ਵੀ ਮੇਰਾ ਇੱਕੋ ਬੇਟਾ ਆ ਇੱਥੇ, ਉਹਦੇ ਲਈ ਬਹੁਤ ਅੱਛਾ ਬਿਜ਼ਨਸ ਅਸੀਂ ਤਿਆਰ ਕਰਕੇ ਰੱਖਿਆ ਸੀ ਅਤੇ 4 ਕੁ ਮਹੀਨੇ ਬਾਅਦ ਉਹਨੇ ਮੁੜ ਕੇ ਆਉਣਾ ਸੀਗਾ। ਜਦੋਂ 15 ਜਨਵਰੀ ਨੂੰ ਮੈਂ ਦੇਖਦਾ ਜੀ ਵੀ ਉਹਨੇ ਆਉਣਾ ਤਾਂ ਮੈਨੂੰ 28 ਦਸੰਬਰ ਨੂੰ ਉਹਨਾਂ ਨੇ ਦੱਸਿਆ ਵੀ ਪਾਪਾ ਇਹਨੂੰ ਇੱਥੇ ਸਰਕਾਰੀ ਜੋਬ ਮਿਲਦੀ ਪਈ ਹੈ, ਦੱਸੋ ਕਿੱਦਾਂ ਕਰਨੀ। ਫਿਰ ਮੈਂ ਕਿਹਾ ਵੀ ਚਲੋ ਜੇ ਕੁਛ ਹੈਗਾ ਤਾਂ ਜੇ ਮਿਲਦੀ ਹੈ ਤਾਂ ਬੇਟੇ ਦੀ ਕਾਬਲੀਅਤ ਉੱਥੇ ਦੀ ਸਰਕਾਰ ਪਾ ਰਹੀ ਹੈ ਤਾਂ ਕਰ ਲਵੇ। ਤਾਂ ਫਿਰ ਬੱਚਿਆਂ ਨੇ ਮੇਰੇ ਜਵਾਈ ਨੇ ਵੀ ਕਾਫੀ ਹੈਲਪ ਕਰਕੇ ਉਹਦੀ ਮਦਦ ਕੀਤੀ ਅਤੇ ਉਹ ਇਸ ਵੇਲੇ ਉੱਥੇ ਸਰਕਾਰੀ ਤੌਰ 'ਤੇ ਪੁਲਿਸ ਵਿੱਚ ਸ਼ਾਮਿਲ ਹੋ ਗਿਆ। ਬੱਚੇ ਮੁੰਡੇ ਦੇ ਪਹਿਲੇ ਵੀ ਜਿਹੜਾ ਵੀ ਕੋਈ ਸੀ ਇਹਨੂੰ ਮੰਨਦਾ ਸੀ ਅਤੇ ਮੁੰਡੇ ਨੇ ਡਾਇਟੀਸ਼ੀਅਨ ਦਾ ਵੀ ਕੋਰਸ ਸੀਗਾ ਔਰ ਜਿਮ ਦੇ ਨਾਲ ਬੜੀ ਉਹਦੀ ਲਗਾਅ ਸੀਗਾ, ਬੋਡੀ ਬਹੁਤ ਵਧੀਆ ਉਹਨੇ ਆਪਣੀ ਬਣਾਈ ਹੋਈ ਸੀ, ਸਾਰੀ ਦੁਨੀਆ ਮਤਲਬ ਪ੍ਰੇਮ ਕਰਦੀ ਸੀ ਸਾਰਾ ਇਲਾਕਾ ਉਹਨੂੰ। ਅਤੇ ਜਦੋਂ ਇਹ ਹੋਇਆ ਤਾਂ ਸਰ ਸਾਨੂੰ ਤਾਂ ਹੋਣੀ ਸੀ ਖੁਸ਼ੀ, ਪੂਰੇ ਇਲਾਕੇ ਨੂੰ ਉਹਦੇ 'ਤੇ ਮਾਣ ਅਤੇ ਬੜੀ ਖੁਸ਼ੀ ਪ੍ਰਸੰਨਤਾ ਹੋਈ ਹੈ। ਮੇਰਾ ਬੇਟਾ ਸਤਿਅਮ ਨਿਊਜ਼ੀਲੈਂਡ ਘੁੰਮਣ ਲਈ ਗਿਆ ਸੀ ਵਿਜ਼ਟਰ ਵੀਜ਼ੇ 'ਤੇ, ਉਹਦੀ ਸਿਸਟਰ ਨੇ ਬੁਲਾਇਆ ਸੀਗਾ ਅਤੇ ਉਹ ਉੱਧਰ ਉਹਨੇ ਨਿਊਜ਼ੀਲੈਂਡ ਸਰਕਾਰ ਨੇ ਜਿਹਦਾ ਮੇਰਾ ਜਵਾਈ ਹੈ ਜਿਸ ਤਰ੍ਹਾਂ ਦਮਾਦਮੇ ਦਾ, ਉਹ ਵੀ ਨਿਊਜ਼ੀਲੈਂਡ ਜੇਲਰ ਡਿਪਾਰਟਮੈਂਟ ਦੇ ਵਿੱਚ ਹੈ, ਉਹ ਆਪਣੇ ਜੀਜੂ ਦੇ ਨਾਲ ਘੁੰਮਣ ਲਈ ਗਿਆ ਅਤੇ ਉਹਨਾਂ ਨੇ ਕਿਹਾ ਵੀ ਸਾਨੂੰ ਇਸ ਤਰ੍ਹਾਂ ਦੀ ਫਿਟਨੈਸ ਸਾਡੇ ਲੜਕਿਆਂ ਦੀ ਜ਼ਰੂਰਤ ਹੈ ਅਤੇ ਸਾਡੇ ਮੇਰੇ ਦਮਾਦ ਨੇ ਕਿਹਾ ਵੀ ਇਹ ਤਾਂ ਵਿਜ਼ਟਰ ਵੀਜ਼ੇ 'ਤੇ ਆਇਆ, ਉਹ ਕਹਿੰਦੇ ਵੀਜ਼ੇ ਦੀ ਕੋਈ ਗੱਲ ਨਹੀਂ ਤੁਸੀਂ ਇਹਨੂੰ ਪਹਿਲਾਂ ਟੈਸਟ ਦਵਾਓ। ਤਾਂ ਬੇਟੇ ਨੇ ਫਿਜ਼ੀਕਲੀ ਰਿਟਰਨ 'ਤੇ ਜੋ ਵੀ ਹੈ ਮਤਲਬ ਹਰ ਤਰ੍ਹਾਂ ਦਾ ਟੈਸਟ ਕਲੀਅਰ ਕੀਤਾ, 2 ਮਹੀਨੇ ਉਹਨੇ ਪੂਰੀ ਟੈਸਟ ਵਗੈਰਾ ਦੇਖ ਕੇ ਤਾਂ ਜੋ ਉਹਨੂੰ ਮਿਲੀ ਤਾਂ ਉਹਦਾ ਟੈਸਟ ਕਲੀਅਰ ਹੋ ਗਿਆ। ਫਿਰ ਉੱਥੇ ਹੀ ਨਿਊਜ਼ੀਲੈਂਡ ਸਰਕਾਰ ਨੇ ਇਹਨੂੰ ਜੇਲਰ ਡਿਪਾਰਟਮੈਂਟ ਦੇ ਵਿੱਚ ਇਹਨੂੰ ਜੋਬ ਦਿੱਤੀ ਅਤੇ ਹੁਣ ਸਾਨੂੰ ਜਦੋਂ ਅਸੀਂ ਉਹਨੂੰ ਕਿਹਾ ਵੀ ਤੂੰ ਕਦੋਂ ਵਾਪਸ ਆਉਣਾ ਹੈ ਅਤੇ ਬੇਟੇ ਨੇ ਕਿਹਾ, ਬੇਟੀ ਨੇ ਫਿਰ ਸਾਨੂੰ ਕਿਹਾ ਵੀ ਨਹੀਂ ਉੱਥੇ ਨਿਊਜ਼ੀਲੈਂਡ ਸਰਕਾਰ ਨੇ ਤੁਹਾਡਾ ਬੇਟਾ ਰੱਖ ਲਿਆ ਹੈ, ਹੁਣ ਅਸੀਂ ਇਹਨੂੰ ਵਾਪਸ ਨਹੀਂ ਭੇਜਣਾ। ਉਸ ਟਾਈਮ ਤਾਂ ਸਾਨੂੰ ਮਤਲਬ ਯਕੀਨ ਵੀ ਨਹੀਂ ਹੋਇਆ ਵੀ ਇਹ ਗੱਲ ਇੱਦਾਂ ਹੈ, ਅਸੀਂ ਕਿਹਾ ਵੀ ਮਜ਼ਾਕ ਕਰਦੇ ਆ ਬੱਚੇ, ਕਹਿੰਦੇ ਨਹੀਂ ਮੰਮਾ ਵੀ ਸੱਚੀ ਮੈਨੂੰ ਉੱਥੇ ਗੌਰਮੈਂਟ ਜੋਬ ਮਿਲ ਗਈ ਹੈ ਅਤੇ 5 ਸਾਲ ਦਾ ਉਹਨਾਂ ਨੇ ਵੀਜ਼ਾ ਦੇ ਦਿੱਤਾ ਮੈਨੂੰ। ਹੁਣ ਤਾਂ ਫਿਰ ਮੈਂ ਕੁਛ PR ਵਗੈਰਾ ਜੋ ਵੀ ਹੈ 5 ਸਾਲ ਬਾਅਦ ਹੀ ਆਊਂਗਾ ਅਤੇ ਨਾਲੇ ਫਿਰ ਆਪਣੇ ਏਰੀਏ 'ਚ ਪਤਾ ਤਾਂ ਲੱਗੂਗਾ ਵੀ ਬੇਟਾ ਤੁਹਾਡਾ ਕੁਛ ਬਣ ਕੇ ਆਇਆ ਹੈ। ਬਹੁਤ ਸਾਨੂੰ ਮਤਲਬ ਮਾਣ ਆਪਣੇ ਬੱਚੇ 'ਤੇ, ਪਰ ਮੇਰਾ ਬੇਟਾ ਫਿਟਨੈਸ ਲਈ ਵੀ ਬਹੁਤ ਵਧੀਆ ਸੀ ਅਤੇ ਉਹਨੂੰ ਬਹੁਤ ਜ਼ਿਆਦਾ ਹੈਲਥ ਕੌਨਸ਼ੀਅਸ ਬਹੁਤ ਜ਼ਿਆਦਾ ਸੀ ਅਤੇ ਉਹਨੂੰ ਜਿਹੜੀ ਉਹਦੀ ਤਪੱਸਿਆ ਹੈ 12 ਸਾਲ ਦੀ ਤਪੱਸਿਆ ਸਫਲ ਹੋ ਗਈ। ਮਤਲਬ 12 ਸਾਲ ਤੋਂ ਉਹਨੂੰ ਸੀਗਾ ਵੀ ਮੈਂ ਆਹ ਨਹੀਂ ਖਾਣਾ, ਮੈਨੂੰ ਵੀ ਬਹੁਤ ਕਹਿੰਦਾ ਸੀ ਮੰਮਾ ਆਹ ਨਾ ਕਰੋ ਉਹ ਨਾ ਕਰੋ ਅਤੇ ਮੈਨੂੰ ਵੀ ਉਹਨੇ ਬਹੁਤ ਉੱਦਾਂ ਹੈਲਥ ਇਸ਼ੂ ਸੀਗੇ, ਉਹਨੇ ਮੈਨੂੰ ਕਾਫੀ ਆਪਣੇ ਉਹਦੇ ਨਾਲ ਸੈੱਟ ਕੀਤਾ ਹੈ ਅਤੇ ਹੁਣ ਉੱਧਰਲੀ ਸਰਕਾਰ ਨੇ ਮੁੱਲ ਪਾ ਦਿੱਤਾ ਹੈ ਉਹਦਾ ਅਤੇ ਮੈਨੂੰ ਇਸ ਤੋਂ ਹੋਰ ਜ਼ਿਆਦਾ ਖੁਸ਼ੀ ਹੋ ਰਹੀ। ਮੇਰੇ ਮਾਇੰਡ 'ਚ ਤਾਂ ਹੈ, ਸਾਡੇ ਤਾਂ ਹੈ ਹੀ ਨਹੀਂ ਸੀ, ਅਸੀਂ ਤਾਂ ਵੇਟ ਕਰਦੇ ਸੀਗੇ, ਨਿਊਜ਼ੀਲੈਂਡ ਸਰਕਾਰ ਨੇ ਜੀ ਉਹਦਾ ਮੁੱਲ ਪਾਇਆ। ਮੈਂ ਨਾ ਅਫਸਰਾਂ ਨੇ ਦੇਖਿਆ, ਉਹ ਬਹੁਤ ਖੁਸ਼ ਹੋਏ ਸਾਰੇ ਜਣੇ ਦੇਖ ਕੇ ਅਤੇ ਉਹਨਾਂ ਨੇ
ਸਾਡਾ ਲੈ ਹੀ ਗਏ ਬੇਟਾ, ਇਹੀ ਕਹਿ ਸਕਦੇ ਹੁਣ ਆਪਾਂ।